ਇਸ ਤਖਤ ਦੇ ਉੱਤੇ ਤੁਹਾਨੂੰ ਖਾਲਸਾ ਪੰਥ ਜੀ ਇਹ ਸਰਕਾਰੀ ਬੰਦਿਆਂ ਵੱਲੋਂ ਧੱਕੇ ਹੀ ਵੱਜਦੇ ਰਹਿਣਗੇ। 5 ਸਾਲ ਬਾਅਦ ਚੋਣਾਂ ਹੁੰਦੀਆਂ ਪਰ ਇਹ 11-12 ਸਾਲ ਬੀਤ ਗਏ ਨੇ, ਇਹ ਵੀ ਸਿੱਖਾਂ ਦੇ ਨਾਲ ਬੇਇਨਸਾਫੀ ਹੈ। ਮੈਂ ਅੱਜ ਅਰਦਾਸ ਕਰਕੇ ਚੱਲਿਆ ਅਕਾਲ ਤਖਤ ਸਾਹਿਬ ਦੇ ਉੱਤੇ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਅੱਗੇ ਚੱਲਿਆ ਅਰਦਾਸ ਕਰਕੇ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਅਸੀਂ ਤੇਰੀ ਤਖਤ ਦੀ ਮਾਨ ਮਰਜ਼ਾਦਾ ਨੂੰ ਔਕੜਾਂ ਵਿੱਚ ਬਰਕਰਾਰ ਰੱਖਿਆ, ਅਸੀਂ ਖੂਨ ਵੀ ਡੋਲਿਆ, ਕੁਰਬਾਨੀਆਂ ਵੀ ਕੀਤੀਆਂ, ਅਸੀਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਸਾਰਾ ਕੁਛ ਬਰਬਾਦ ਕੀਤਾ, ਪਰ ਕਿਰਪਾ ਕਰ ਸਾਨੂੰ ਜਲਾਲ ਤਨਾ ਵਿਖਾ। ਆਉਣ ਵਾਲਾ ਸਾਲ ਜਿਹੜਾ 6 ਜੂਨ ਆਵੇ ਉਹ ਖਾਲਸਾ ਪੰਥ ਦੀ ਆਵੇ ਅਤੇ ਜਿੰਨੇ ਪਹਾੜੇ ਦੇ ਇੱਥੇ ਬੈਠੇ ਨੇ ਕਬਜ਼ਾ ਕਰਕੇ ਉਹ ਇਹਨਾਂ ਦੇ ਜਥੇਦਾਰ ਹੋਣ, ਉਹ ਇਹਨਾਂ ਦੇ SGPC ਦੇ ਪ੍ਰਧਾਨ ਹੋਣ, ਉਹ ਕੁਛ ਵੀ ਹੋਣ, ਇਹਨਾਂ ਤੋਂ ਪੰਥ ਨੂੰ ਇਹਨਾਂ ਤੋਂ ਸਾਡਾ ਪੰਥ ਜਿਹੜਾ ਸਾਡੇ ਤਖ਼ਤ ਨੇ ਸਾਡੀ ਜਿਹੜੀ SGPC ਹੈ ਇਹ ਆਜ਼ਾਦ ਕਰਵਾ ਦੇ। ਅੱਜ ਦਾ ਜਿਹੜਾ ਦਿਨ ਆ ਸਾਰੀ ਸਿੱਖ ਕੌਮ ਵਾਸਤੇ ਬੜਾ ਦਰਦ ਭਰਿਆ ਦਿਨ ਹੈ। ਅੱਜ ਸਾਡੀਆਂ ਜਿਹੜੀਆਂ ਅੱਖਾਂ ਨੇ ਉਹਨਾਂ ਦੇ ਵਿੱਚ ਨਮੀ ਹੈ। ਅੱਜ ਦੇ ਦਿਨ ਹਕੂਮਤ ਭਾਰਤ ਹਕੂਮਤ ਨੇ ਉਹਨਾਂ ਸਿੱਖਾਂ ਦੇ ਧਰਮ ਦੇ ਉੱਤੇ, ਉਹਨਾਂ ਸਿੱਖਾਂ ਦੇ ਰੂਹਾਨੀ ਕੇਂਦਰ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਚਾਲ ਚੱਲਦਾ ਵਾ। ਪਰ ਅੱਜ ਅਸੀਂ ਇੱਥੇ ਆਏ ਹਾਂ ਭਾਈ ਜਗਤਾਰ ਸਿੰਘ ਹਵਾਰਾ ਦੀ ਗੈਰ ਹਾਜ਼ਰੀ ਵਿੱਚ ਮੇਰੀ ਜ਼ਿੰਮੇਵਾਰੀ ਲੱਗੀ ਹੈ। ਸਮੇਂ ਸਮੇਂ ਮੈਂ ਕੌਮ ਦੀ ਗੱਲ ਕਰਾਂ, ਕੌਮ ਨੂੰ ਸੰਦੇਸ਼ ਦੇਵਾਂ, ਕੌਮ ਨੂੰ ਮੈਂ ਇਕੱਠਾ ਕਰਾਂ, ਪਰ ਜੋ ਰਵੱਈਆ SGPC ਦਾ ਹੈ ਉਹ ਇਸ ਤਰ੍ਹਾਂ ਲੱਗਦਾ ਸੀ ਕਿ ਅਸੀਂ ਜਿਵੇਂ ਕਿਸੇ ਬਾਹਰਲੇ ਮੁਲਕ ਦੇ ਅਤੇ ਗੈਰ ਸਿੱਖ ਹੁੰਦੇ ਹਾਂ। ਸਾਨੂੰ ਬੈਠਣ ਵਾਸਤੇ ਵੀ ਜਗ੍ਹਾ ਨਹੀਂ ਮਿਲ ਰਹੀ ਔਰ ਖੜ੍ਹਨ ਵਾਸਤੇ ਵੀ ਨਹੀਂ ਮਿਲ ਰਹੀ। ਸਾਨੂੰ ਇੱਥੇ ਬੋਲਣ ਦੀ ਆਜ਼ਾਦੀ ਨਹੀਂ, ਸਾਡਾ ਗਲਾ ਘੁੱਟਿਆ ਜਾਂਦਾ, ਸਾਡੇ 4 ਚੁਫੇਰੇ ਪੁਲਿਸ ਦੀਆਂ ਟੁਕੜੀਆਂ ਦੀਆਂ ਕੜੀਆਂ ਬਣਾਈਆਂ ਜਾਂਦੀਆਂ। ਮੈਂ ਪੁੱਛਣਾ ਚਾਹੁੰਦਾ ਵਾਂ, ਮੈਂ ਸਾਰੇ ਪੰਥ ਨੂੰ ਪੁੱਛਣਾ ਚਾਹੁੰਦਾ ਵਾਂ ਬਈ ਅਸੀਂ ਕਿੰਨਾ ਕੁ ਚਿਰ ਇਸ ਤਰ੍ਹਾਂ ਦਾ ਬਰਦਾਸ਼ਤ ਕਰਾਂਗੇ। ਮੈਂ ਅੱਜ ਅਰਦਾਸ ਕਰਕੇ ਚੱਲਿਆ ਅਕਾਲ ਤਖਤ ਸਾਹਿਬ ਦੇ ਉੱਤੇ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਅੱਗੇ ਚੱਲਿਆ ਅਰਦਾਸ ਕਰਕੇ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਅਸੀਂ ਤੇਰੀ ਤਖਤ ਦੀ ਮਾਨ ਮਰਜ਼ਾਦਾ ਨੂੰ ਔਕੜਾਂ ਵਿੱਚ ਬਰਕਰਾਰ ਰੱਖਿਆ, ਅਸੀਂ ਖੂਨ ਵੀ ਡੋਲਿਆ, ਕੁਰਬਾਨੀਆਂ ਵੀ ਕੀਤੀਆਂ, ਅਸੀਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਸਾਰਾ ਕੁਛ ਬਰਬਾਦ ਕੀਤਾ, ਪਰ ਕਿਰਪਾ ਕਰ ਸਾਨੂੰ ਜਲਾਲ ਤਨਾ ਵਿਖਾ। ਆਉਣ ਵਾਲਾ ਸਾਲ ਜਿਹੜਾ 6 ਜੂਨ ਆਵੇ ਉਹ ਖਾਲਸਾ ਪੰਥ ਦੀ ਆਵੇ ਅਤੇ ਜਿੰਨੇ ਪਹਾੜੇ ਦੇ ਇੱਥੇ ਬੈਠੇ ਨੇ ਕਬਜ਼ਾ ਕਰਕੇ ਉਹ ਇਹਨਾਂ ਦੇ ਜਥੇਦਾਰ ਹੋਣ, ਉਹ ਇਹਨਾਂ ਦੇ SGPC ਦੇ ਪ੍ਰਧਾਨ ਹੋਣ, ਉਹ ਕੁਛ ਵੀ ਹੋਣ, ਇਹਨਾਂ ਤੋਂ ਪੰਥ ਨੂੰ ਇਹਨਾਂ ਤੋਂ ਸਾਡਾ ਪੰਥ ਜਿਹੜਾ ਸਾਡੇ ਤਖ਼ਤ ਨੇ ਸਾਡੀ ਜਿਹੜੀ SGPC ਹੈ ਇਹ ਆਜ਼ਾਦ ਕਰਵਾ ਦੇ। ਮੈਨੂੰ ਲੱਗਦਾ ਵਾ ਕਿ ਕੇਂਦਰ ਸਰਕਾਰ ਨੇ ਲੋਕਤੰਤਰ ਦੀ ਬੜਾ ਚਿਰ ਉਲੰਘਣਾ ਕੀਤੀ ਹੈ, ਕਿਉਂਕਿ ਲੋਕਤੰਤਰ ਦੇ ਮੁਤਾਬਕ 5 ਸਾਲ ਬਾਅਦ ਚੋਣਾਂ ਹੁੰਦੀਆਂ ਪਰ ਇਹ 11-12 ਸਾਲ ਬੀਤ ਗਏ ਨੇ, ਇਹ ਵੀ ਸਿੱਖਾਂ ਦੇ ਨਾਲ ਬੇਇਨਸਾਫੀ ਹੈ। ਦੇਰ ਹੈ ਦਰੁਸਤ ਹੈ, ਅਗਰ
SGPC ਦੀਆਂ ਚੋਣਾਂ ਹੁੰਦੀਆਂ ਨੇ ਤੇ ਮੈਂ ਸੇਵਾਦਾਰ ਹੋਣ ਦੇ ਨਾਤੇ ਭਾਈ ਹਵਾਰਾ ਦੀ ਗੈਰ ਹਾਜ਼ਰੀ 'ਚ ਮੈਂ ਬਾਦ ਐਂਟੀ ਬਾਦਲ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ ਘਰ ਘਰ ਜਾ ਕੇ ਮੈਂ ਜੋੜੇ ਝਾੜ ਕੇ ਵੀ ਅਪੀਲ ਕਰੂੰਗਾ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਜੇ ਤੁਸੀਂ ਆਹ ਮੌਕਾ ਗਵਾ ਲਿਆ ਇਸ ਤਖ਼ਤ ਦੇ ਉੱਤੇ ਤੁਹਾਨੂੰ ਖਾਲਸਾ ਪੰਥ ਜੀ ਇਹ ਸਰਕਾਰੀ ਬੰਦਿਆਂ ਵੱਲੋਂ ਧੱਕੇ ਹੀ ਵੱਜਦੇ ਰਹਿਣਗੇ। ਸਿੱਖ ਜਿਹੜੇ ਵੋਟਰ ਨੇ, ਸਿੱਖ ਜਿਹੜੇ ਪੰਥ ਦਰਦੀ ਨੇ, ਉਹ ਦੇਸ਼ ਵਿੱਚ ਬੈਠੇ ਨੇ, ਵਿਦੇਸ਼ ਵਿੱਚ ਬੈਠੇ ਨੇ। ਮੈਂ ਇੱਕ ਦਰਦ ਭਰੀ ਅਪੀਲ ਕਰਨੀ ਚਾਹੁੰਦਾ, ਅਗਰ ਸੈਂਟਰ SGPC ਦੀਆਂ ਚੋਣਾਂ ਕਰਾਉਂਦਾ ਬਈ ਜ਼ੋਰ ਪਾ ਦਿਓ, ਜਿਵੇਂ ਵਿਧਾਨ ਸਭਾ ਵਿੱਚ ਕਾਂਗਰਸ ਅਤੇ ਬਾਦਲ ਨੂੰ ਲੋਕਾਂ ਨੇ ਧੂੜ ਚਟਾਈ ਹੈ, ਇਹ ਵੀ ਕਬਜ਼ਾ ਜਿਹੜਾ ਖਾਲਸਾ ਪੰਥ ਦੇ ਹਵਾਲੇ ਪੰਥ ਨੂੰ ਕਰਨਾ ਚਾਹੀਦਾ। ਇਹ ਅੱਜ ਮੈਂ ਅਪੀਲ ਕਰਦਾ। ਬਹੁਤ ਧੰਨਵਾਦ ਜੀ, ਧੰਨਵਾਦ।